ਲਗਾਤਾਰ ਮਹੀਨਾ ਨੀ ਹੋਇਆ ਜੇ ਤੁਹਾਨੂੰ ਇਹ ਅੱਠਵੀਂ ਮੌਤ ਆ ਸਾਡੇ ਮੁਹੱਲੇ ਦੇ ਵਿੱਚ। ਸਾਡੇ ਮੁਹੱਲੇ ਦੇ ਵਿੱਚ ਘੱਟ ਤੋਂ ਘੱਟ 150 ਲੋਕ ਜਿਹੜੇ ਹੈਗੇ ਨੌਜਵਾਨ ਮੁੰਡੇ ਜਿਹੜੇ 17 ਸਾਲ ਤੋਂ 15 ਸਾਲ ਤੋਂ 20 ਸਾਲ ਦੇ 22 ਸਾਲ ਦੇ ਮੁੰਡੇ ਆ ਉਹ ਸਾਰੇ ਨਸ਼ੇ ਦੇ ਨਾਲ ਗ੍ਰਸਤ ਆ। ਉਹਨਾਂ ਨੂੰ ਭਿਆਨਕ ਬਿਮਾਰੀਆਂ ਲੱਗ ਚੁੱਕੀਆਂ ਹੈਗੀਆਂ। ਨਸ਼ੇ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ ਜਿੱਥੇ 20 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇੱਕ ਲੋਤਾ ਪੁੱਤਰ ਸੀ। ਪੀੜਿਤ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਉਹਨਾਂ ਦੇ ਮੁਹੱਲੇ ਵਿੱਚ ਹੁਣ ਤੱਕ ਨਸ਼ੇ ਕਾਰਨ ਤਕਰੀਬਨ 8 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਾਲੇ ਵੀ 150 ਦੇ ਕਰੀਬ ਨੌਜਵਾਨ ਨਸ਼ੇ ਦੇ ਆਦੀ ਹਨ, ਜਿਨ੍ਹਾਂ ਨੂੰ ਕਈ ਬਿਮਾਰੀਆਂ ਵੀ ਲੱਗੀਆਂ ਹੋਈਆਂ ਹਨ। ਉਹਨਾਂ ਪੁਲਿਸ ਤੇ ਵੀ ਦੋਸ਼ ਲਗਾਏ ਹਨ ਕਿ ਇਸ ਸੰਬੰਧ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ, ਹੁੰਦੀ ਨੀ ਜਮਾ ਕਾਰਵਾਈ ਤਾਂ ਜਮਾ ਹੀ ਨੀ ਕਾਰਵਾਈ ਹੋਵੇ ਤਾਂ ਮਾਵਾਂ ਦੇ ਪੁੱਤ ਕਿਉਂ ਜਾਣ। ਲਗਾਤਾਰ ਮਹੀਨਾ ਨੀ ਹੋਇਆ ਜੇ ਜਿਨ੍ਹਾਂ ਦੇ ਕੱਲੇ ਕੱਲੇ 10 ਸਾਲ ਹੋ ਗਏ 12, ਮੇਰੇ ਪੁੱਤ ਦਾ ਸਾਰਾ ਅੰਦਰ ਕਿਤੇ ਜ਼ਹਿਰ ਦਿਸਦਾ, ਨਿਰਾ ਜ਼ਹਿਰ ਨਿਕਲਿਆ, ਰਾਤ ਵੀ ਉੱਤੋਂ ਸੰਗਾ ਸੀ ਵਿੱਚੋਂ ਜ਼ਹਿਰ ਬਣ ਗਿਆ। ਜਿਹੜੀ ਬੇਟੇ ਦੀ ਜਿਹੜੀ ਤੁਹਾਡੇ ਦੀ ਡੈਥ ਹੋਈ ਆ ਉਹ ਨਸ਼ੇ ਨਾਲ ਹੋਈ? ਹਾਂਜੀ, ਨਸ਼ੇ ਨਾਲ। ਇੱਥੇ ਸੂਈ ਕੱਢੀ ਉਹਦਾ ਮੁੰਡਿਆਂ ਨੇ, ਉਹਨਾਂ ਨੂੰ ਲਿਆਓ, ਉਹਨਾਂ ਮੁੰਡਿਆਂ ਨੂੰ ਜਿੰਨਾ ਸੂਈ ਕੱਢੀ ਆ। ਮੈਨੂੰ ਕਹਿੰਦਾ ਮੰਮੀ ਨਹੀਂ, ਮੇਰੇ ਲੱਕੜ ਡਿੱਗ ਕੇ ਰੜਕੀ ਸੀ, ਮੈਨੂੰ ਨਹੀਂ ਦੱਸਿਆ, ਮੈਨੂੰ ਬਾਹਰੋਂ ਦੱਸਿਆ ਨਾ ਕਿ ਨਹੀਂ ਟੀਕਾ ਖਵਜਾ ਲੱਗਾ ਸੀ, ਟੀਕਾ ਕੱਢਿਆ ਉਹਦੀ ਬਾਂਹ 'ਚ ਡਿੱਗ ਗਿਆ ਸੀ। ਬਾਬਾ ਜੀਵਨ ਸਿੰਘ ਨਗਰ ਮੁਹੱਲੇ ਦੇ ਵਿੱਚ ਇਹ ਅੱਠਵੀਂ ਮੌਤ ਆ ਸਾਡੇ ਮੁਹੱਲੇ ਦੇ ਵਿੱਚ। ਸਾਡੇ ਮੁਹੱਲੇ ਦੇ ਵਿੱਚ ਘੱਟ ਤੋਂ ਘੱਟ 150 ਲੋਕ ਜਿਹੜੇ ਹੈਗੇ ਨੌਜਵਾਨ ਮੁੰਡੇ ਜਿਹੜੇ 17 ਸਾਲ ਤੋਂ 15 ਸਾਲ ਤੋਂ 20 ਸਾਲ ਦੇ 22 ਸਾਲ ਦੇ ਮੁੰਡੇ ਆ ਉਹ ਸਾਰੇ ਨਸ਼ੇ ਦੇ ਨਾਲ ਗ੍ਰਸਤ ਆ। ਉਹਨਾਂ ਨੂੰ ਭਿਆਨਕ ਬਿਮਾਰੀਆਂ ਲੱਗ ਚੁੱਕੀਆਂ ਹੈਗੀਆਂ। ਸਾਡਾ ਜਿਹੜਾ ਬੱਚਾ ਦੀ ਡੈਥ ਹੋਈ ਹੈ, ਇਹ ਵੀ ਟੀਕਾ ਲੱਗਿਆ ਅਤੇ ਇਹਦੀ ਡੈਥ ਹੋ ਚੁੱਕੀ ਆ। ਜੇ ਪ੍ਰਸ਼ਾਸਨ ਦਾ ਇਹਦੇ ਵੱਲ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ। ਸ਼ਰੇਆਮ ਬੱਚੇ ਇੱਥੇ ਨਸ਼ਾ ਮੁੰਡੇ ਵੇਚਦੇ ਆ, ਇਹ ਖਰੀਦਦੇ ਆ, ਟੋਲੀਆਂ ਬਣਾ ਕੇ ਆਸ ਪਾਸ ਬੈਠ ਕੇ ਨਸ਼ਾ ਕਰਦੇ ਹੈਗੇ ਆ। ਜੇਕਰ ਇਹਦੇ ਤੋਂ ਜਲਦੀ ਪ੍ਰਸ਼ਾਸਨ ਨੇ, ਪੁਲਿਸ ਪ੍ਰਸ਼ਾਸਨ ਨੇ, ਸਿਵਲ ਪ੍ਰਸ਼ਾਸਨ ਨੇ ਨੱਥ ਨਾ ਪਾਈ ਤਾਂ ਸਾਡੇ ਮੁਹੱਲੇ 'ਚ ਮਹੀਨੇ ਬਾਅਦ ਹੀ ਡੈਥ ਹੋ ਜਾਂਦੀ ਹੈ। 150 ਮੁੰਡਾ ਮਰਨ ਜਾ ਰਿਹਾ। ਜੇ ਪ੍ਰਸ਼ਾਸਨ ਨੇ ਜਲਦੀ ਕੰਟਰੋਲ ਨਾ ਕੀਤਾ ਤਾਂ ਉਹ ਬੱਚੇ ਮਰ ਜਾਣਗੇ। ਸਾਡੇ ਕੋਲ ਕੋਈ ਵੀ ਨੌਜਵਾਨ ਜਿਹੜਾ ਇਹਨਾਂ ਬਜ਼ੁਰਗ ਮਾਪਿਆਂ ਨੂੰ, ਬੁੱਢੇ ਮਾਪਿਆਂ ਨੂੰ, ਇਕੱਲੇ ਇਕੱਲੇ ਬੱਚੇ ਆ ਕਈ ਪਰਿਵਾਰਾਂ ਦੇ, ਇਹ ਜਿਹੜੇ ਬੱਚੇ ਦੀ ਡੈਥ ਹੋਈ ਹੈ ਵੀ ਇਕੱਲਾ ਹੀ ਬੱਚਾ ਸੀ, ਇਕੱਲਾ ਨੌਜਵਾਨ ਮੁੰਡਾ ਸੀਗਾ, 21 ਸਾਲ ਦੀ ਇਹਦੀ ਉਮਰ ਸੀ, ਨੌਜਵਾਨ ਭੈਣ ਆ, ਬਜ਼ੁਰਗ ਮਾਂ ਪਿਓ ਆ, ਇਹਦੀ ਡੈਥ ਹੋ ਚੁੱਕੀ ਆ। ਸਾਡੇ ਗੁਆਂਢ ਦੇ ਵਿੱਚ ਬਿਲਕੁਲ ਨੌਜਵਾਨ ਮੁੰਡੇ ਦੀ ਡੈਥ ਹੋਈ ਆ, 15-16 ਸਾਲਾਂ ਦਾ ਮੁੰਡਾ ਸੀਗਾ, ਉਹਦੀ ਵੀ ਨਸ਼ੇ ਨਾਲ ਡੈਥ ਹੋਈ ਆ। ਸੋ ਮੇਰੀ ਪ੍ਰਸ਼ਾਸਨ ਦੇ ਕਿ ਜਿਹੜੀ ਆ ਮੌਜੂਦਾ ਸਰਕਾਰ ਬਣੀ ਆ, ਜਿਹੜੀ ਸਰਕਾਰ ਕਹਿੰਦੀ ਸੀ ਵੀ ਅਸੀਂ ਤਾਂ ਮਿੰਟੋ ਮਿੰਟ ਹੀ ਨਸ਼ਾ ਖਤਮ ਕਰ ਦਾਂਗੇ, ਇਹਨਾਂ ਦਾ ਕੋਈ ਕੰਟਰੋਲ ਨਹੀਂ, 2.5-3 ਸਾਲ ਹੋ ਗਏ ਸਰਕਾਰ ਬਣੀ ਨੂੰ। ਸਾਡੀ ਇਹ ਸਰਕਾਰ ਦੇ ਕੋਲੋਂ ਹੀ ਮੰਗ ਆ ਵੀ ਇਹਨੂੰ ਤੁਰੰਤ ਨਸ਼ੇ ਨੂੰ ਕਦ ਤੱਕ ਖਤਮ ਕੀਤਾ ਜਾਵੇ। ਇਹਨਾਂ ਲੋਕਾਂ ਸਾਰਿਆਂ ਦੇ ਲੋਕਾਂ ਦਾ ਕਹਿਣਾ ਹੈਗਾ ਕਿ ਇੱਥੇ ਜਿਹੜਾ ਹੈਗਾ ਸ਼ਰੇਆਮ ਨਸ਼ਾ ਵਿਕਦਾ, ਅਸੀਂ ਵੀ ਬੜੀ ਕੋਸ਼ਿਸ਼ ਕਰਦੇ ਕੰਟਰੋਲ ਕਰਨ ਦੀ, ਪਰ ਇਹ ਨਸ਼ਾ ਕੰਟਰੋਲ ਨਹੀਂ ਹੋ ਰਿਹਾ। ਜਿੰਨੀ ਦੇਰ ਤੱਕ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੀ ਕੜੀ ਅਤੇ ਸਖਤ ਕਾਰਵਾਈ ਨਹੀਂ ਹੁੰਦੀ। ਡਿਪਟੀ ਸਾਹਿਬ, ਅੱਜ ਜਿਹੜੀ ਬਾਬਾ ਜੀਵਨ ਸਿੰਘ ਨਗਰ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੇ ਕਾਰਨ ਡੈਥ ਹੋਈ ਹੈ, ਉਹਦੇ ਬਾਰੇ ਜਾਣਕਾਰੀ ਦਿਓਗੇ ਸਰ? ਇਹ ਖਬਰ ਸਾਨੂੰ ਤੁਹਾਡੇ ਮਾਧਿਅਮ ਰਾਹੀਂ ਮਿਲੀ ਹੈ, ਅਸੀਂ ਇਹਦੀ ਪੜਤਾਲ ਕਰ ਰਹੇ ਹਾਂ, ਪੜਤਾਲ ਤੋਂ ਬਾਅਦ ਜੈਸੀ ਸੂਰਤ ਹੋਈ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਫਰੀਦਕੋਟ ਤੋਂ ਗਗਨਦੀਪ ਸਿੰਘ ਦੀ ਰਿਪੋਰਟ।